ਚਾਦਰਾ ਚਿਪਸੀ ਕਾਲੀ ਸ਼ੌਂਕ ਸੋਹਣੀਏ ਯਾਰਾਂ ਦਾ। ਓ ਕੀ ਹਾਲ ਆ ਜੀਜਿਆ? ਕੱਲਾ ਹੀ ਬੈਠਾ ਉਹ ਦਿੰਦਾ ਨੀ ਕੀ ਗੱਲ? ਖਾਲੀ ਹੱਥ ਹੀ ਆ ਗਿਆ ਤੈਨੂੰ? ਕਿੰਨੇ ਕਿਹਾ ਖਾਲੀ ਹੱਥ ਆ ਗਿਆ? ਸਾਰੇ ਜਵਾਕਾਂ ਨੂੰ ਤੋਹਫਾ ਲੈ ਗਿਆ। ਆ ਕਰਦਾ ਉਹ ਬੱਚਿਆਂ ਨੂੰ ਤੋਹਫਾ ਦੇ ਰਿਹਾ। ਆਹ ਕਿਹੜਾ ਤੋਹਫਾ ਜਿਹੜਾ ਸਿਰ ਤੇ ਦਿੱਤਾ ਜਾਂਦਾ? ਆਹ ਤੇ ਮਾਮਾ ਆਸ਼ੀਰਵਾਦ, ਤੈਨੂੰ ਨੀ ਪਤਾ ਕਰਮ ਵਾਲਿਆਂ ਨੂੰ ਮਿਲਦਾ? ਲੈ ਕੇ ਤਾਂ ਦੇਖ। ਦੁਰ ਫਿੱਟੇ ਮੁੱਤਰੇ ਜੰਮਣ ਤੇ ਇੱਕ ਘੱਟ ਸੀ ਜਿਹੜਾ ਤੂੰ ਵੀ ਬਲਦੀ ਤੇ ਤੇਲ ਪਾਉਣਾ ਗਿਆ। ਹਾਏ ਓਏ ਮੇਰਾ ਵੀਰ ਆਇਆ, ਮੈਂ ਸਦਕੇ ਜਾਵਾਂ। ਕੀ ਹਾਲ ਹੈ ਭੈਣ? ਵਧੀਆ ਵੀਰ। ਬਗ ਜਾ ਨਾਲ ਹੀ ਬਗ ਜਾ। ਕੀ ਬਕਵਾਸ ਕਰੀ ਜਾਂਦੇ ਹੋ? ਇਹਨੇ ਦਿਨਾਂ ਬਾਅਦ ਤਾਂ ਮੇਰਾ ਵੀਰ ਆਇਆ। ਇੰਨੇ ਦਿਨਾਂ ਬਾਅਦ ਵੀਰ ਆਇਆ? ਪਰਸੋਂ ਤਾਂ ਆਇਆ ਸੀ। ਮੈਨੂੰ ਕਹਿੰਦਾ ਜੀਜਾ ਮੈਨੂੰ ਕੁੜਤਾ ਪਜਾਮਾ ਦੇ ਦੇ, ਵਿਆਹ ਤੇ ਜਾਣਾ ਮੈਂ। ਬਾਅਦ ਚ ਭੋਗ ਤੇ ਜਲੇਬੀਆਂ ਖਾਂਦਾ ਫਿਰਦਾ ਸੀ। ਕੀ ਬੋਲੀ ਜਾਂਦਾ ਵਾ ਤਵਾ ਮੇਰੀ ਭੈਣ ਨੂੰ? ਜਿਹੜੀ ਗੱਲ ਕਰਨੀ ਸਿੱਧੀ ਮੇਰੇ ਨਾਲ ਕਰ। ਚਲੋ ਬਸ ਬਸ ਹੁਣ ਲੜੋ ਨਾ ਵੀਰ, ਤੂੰ ਬਹਿ, ਮੈਂ ਤੇਰੇ ਲਈ ਖਾਣ ਨੂੰ ਲਿਆਉਣੀ ਹੈ ਕੁਛ। ਹਾਂ ਲਟਾ ਦੇ ਮਿਹਨਤ ਦੀ ਕਮਾਈ ਮੇਰੀ ਇਹਨਾਂ ਵਿਹਲੜਾਂ ਤੇ। ਮੇਰਾ ਭਰਾ ਆਇਆ ਹੁੰਦਾ ਕਦੇ ਧਰਨ ਪਈ ਕਦੇ ਗੋਡੇ ਤੇ ਪੇਨ ਹੁੰਦੀ ਆ, ਹੁਣ ਦੇਖ ਕਿੱਦਾਂ ਉੱਡ ਉੱਡ ਰਸੋਈ ਨੂੰ ਪੈਂਦੀ। ਹਾਂ ਵੀ ਮੁੰਡਿਆ ਠੀਕ ਹੈ ਦਿੱਤਾ ਤੇਰੇ ਕੀ ਦੂਸਰੇ ਉਹਨੇ ਮੈਂ ਕਿੱਦਾਂ ਚੱਲੇ? ਓਏ ਜੀਜਿਆ ਤੂੰ ਸਫਾਰੀ ਥਾਲੀ ਦਿੱਤੀ ਜਵਾਕਾਂ ਨੂੰ ਮੇਰੀ? ਸਾਲੇ ਆਪੇ ਤਾਂ ਕਹਿੰਦਾ ਸੀ ਟਿਕਟ ਦਿੱਤਾ ਪਿਓ ਨੇ, ਹੁਣ ਦਿਖਾਣ ਲੱਗਾ ਬਾਂਦਰਾਂ ਨੂੰ ਟਪੂਸੀਆਂ ਮਾਰਦਾ। ਉਹ ਤਾਂ ਮੈਂ ਐਕਟਿੰਗ ਕਰਦਾ ਸੀ। ਕਿਉਂ ਵੀ ਮੁੰਡਿਆ ਕਿੱਦਾਂ ਲੱਗੀ ਮੇਰੀ ਐਕਟਿੰਗ? ਜਿਵੇਂ ਵਿਸ਼ੇ ਹੁੱਛਾਂ ਵੇ। ਅੱਛਾ ਮਤਲਬ ਧੂਮ ਮਚਾਤੀ ਮੈਂ ਹੈ? ਨਹੀਂ ਕੰਮ ਦੇ ਪਾਤ। ਉਹ ਜੀਜਾ ਤੂੰ ਜਵਾਕਾਂ ਦੀ ਗੱਲ ਕਰਦਾ, ਮੈਂ ਤੁਹਾਡੇ ਟੱਬਰ ਲਈ ਸਮਾਨ ਲੈ ਕੇ ਆਇਆ, ਜਾਂ ਬਾਹਰ ਜਾ ਕੇ ਦੇ ਦੇ। ਤੈਨੂੰ ਬਾਦਲ ਨੀ ਮਿਲੇ ਤਾਂ ਵੰਡੇ ਹੀ ਪਾ ਲੈਣੇ ਸੀ। ਹਾਂਜੀ ਦੁੱਧ ਸਾਡਾ ਤੇ ਮੀਂਗਣਾ ਤੁਹਾਡੀਆਂ। ਚੱਲ ਕੋਈ ਨਾ ਹੌਸਲਾ। ਹਾਂ ਵੀ ਭੈਣੇ ਤੂੰ ਵੀ ਗਿਫਟ ਦਿੱਤਾ ਨਿਆਣਿਆਂ ਨੂੰ? ਗਿਫਟ ਕੀ ਵੀਰ, ਲੈਪਟਾਪ ਮੰਗਦੇ 25,000 ਦਾ ਹੁੰਦਾ ਸੀ, ਕਿੱਥੋਂ ਲੈ ਗਏ ਏਡਾ ਪੈਸਾ? ਉਹ 25,000 ਦਾ ਤਾਂ ਦੇਸੀ ਆਉਂਦਾ, ਇਹਨਾਂ ਤਾਂ ਵਧੀਆ ਲੈ ਕੇ ਦਿਓ ਸੇਵ ਵਾਲਾ। ਸੇਵ ਵਾਲਾ? ਆਹੋ ਉਹੀ ਕਿਹੜਾ? ਐਪਲ ਦੀ ਗੱਲ ਕਰਦਾ ਹੈ? ਆਹੋ ਉਹ ਨਾ ਵੀਰ, ਉਹ ਤਾਂ 1,00,000 ਦਾ, ਉਹ ਅਸੀਂ ਕਿੱਥੋਂ ਲੈ ਦਈਏ, ਗਰੀਬ ਬੰਦੇ ਅਸੀਂ। ਉਹ ਲੈ ਫਿਰ ਕੀ ਹੋ ਗਿਆ, ਇੱਕ ਕਿਡਨੀ ਦੀ ਗੱਲ ਆ, ਨਾਲੇ ਨਿਆਣੇ ਖੁਸ਼ ਹੋ ਜਾਣਗੇ, ਨਾਲੇ ਘਰ ਦੀ ਚੀਜ਼ ਬਣ ਜੂਗੀ। ਬੱਚੇ ਲਈ ਆਪਣੀ ਕਿਡਨੀ ਵੇਚੇਗਾ? ਭੈਣ ਮੈਂ ਆਪਣੀ ਨਹੀਂ ਚੀਜ਼ਾਂ ਦੀ ਕਿਡਨੀ ਦੀ ਗੱਲ ਕਰਦਾ ਸੀ।